ਅੱਜ ਦੀ ਵੀਡੀਓ ਵਿੱਚ ਆਪਾਂ ਝੋਨੇ ਦੀ ਸਿੱਧੀ ਬਿਜਾਈ ਵਾਸਤੇ ਜਿਹੜੇ ਜ਼ਰੂਰੀ ਨੁਕਤੇ ਐ ਉਹਨਾਂ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਾਰੇ ਕਿਸਾਨ ਵੀਰਾਂ ਦਾ ਫਾਰਮਰ ਐਂਡ ਕ੍ਰੌਪਸ ਚੈਨਲ ਤੇ ਸਵਾਗਤ ਹੈ ਜਿਹੜੇ ਕਿਸਾਨ ਵੀਰ ਸਾਡੇ ਨਾਲ ਨਵੇਂ ਜੁੜੇ ਐ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਘੰਟੀ ਦੇ ਬਟਨ ਨੂੰ ਦਬਾ ਲਓ ਪਿਛਲੇ ਸਾਲਾਂ ਨਾਲੋਂ ਕਿਸਾਨਾਂ ਦੇ ਵਿੱਚ ਇਸ ਵਾਰ ਜਿਹੜਾ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਜਿਹੜਾ ਰੁਝਾਨ ਕਾਫੀ ਦੇਖਿਆ ਜਾ ਰਿਹਾ ਹੈ ਕਿਉਂਕਿ ਲਾਕਡਾਊਨ ਦੇ ਚੱਲਦੇ ਸਮੇਂ ਜਿਹੜਾ ਲੇਬਰ ਦੀ ਸਮੱਸਿਆ ਜਿਹੜੀ ਆਪਾਂ ਝੋਨੇ ਦੀ ਲਵਾਈ ਦੇ ਵਿੱਚ ਆ ਸਕਦੀ ਹੈ ਇਸ ਕਰਕੇ ਜ਼ਿਆਦਾਤਰ ਜਿਹੜੇ ਕਿਸਾਨ ਵੀਰ ਹੈ ਜਿਹੜੇ ਉਹ ਝੋਨੇ ਦੀ ਜਿਹੜੀ ਸਿੱਧੀ ਬਿਜਾਈ ਕਰਨ ਨੂੰ ਤਰਵੀਜ਼ ਦੇ ਰਹੇ ਆ ਇਸ ਦੇ ਨਾਲ ਹੀ ਜਿਵੇਂ ਕਿ ਆਪਾਂ ਪਹਿਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਕਿ ਇੱਕ ਸਰਕਾਰ ਵੀ ਕਿਸਾਨਾਂ ਨੂੰ ਜਿਹੜੇ ਸਿੱਧੀ ਬਿਜਾਈ ਝੋਨੇ ਦੀ ਵਾਲੀ ਮਸ਼ੀਨ ਤੇ ਕੀ ਹੈ ਸਬਸਿਡੀ ਦੇ ਰਹੀ ਹੈ ਕਿਸਾਨ ਵੀਰ ਉਹ ਆਪਾਂ ਜਿਹੜੀ ਝੋਨੇ ਦੀ ਸਿੱਧੀ ਬਿਜਾਈ ਕਰਨੀ ਆ ਉਹ ਹਮੇਸ਼ਾ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਦੇ ਵਿੱਚ ਹੀ ਕਰਨੀ ਆ ਹਲਕੀਆਂ ਜ਼ਮੀਨਾਂ ਦੇ ਵਿੱਚ ਜਿਹੜੀ ਆਪਾਂ ਝੋਨੇ ਦੀ ਬਜਾਈ ਸਿੱਧੀ ਕਰਦੇ ਹਾਂ ਉੱਥੇ ਕੀ ਹੈ ਲੋਹੇ ਦੀ ਘਾਟ ਬਹੁਤ ਜ਼ਿਆਦਾ ਆ ਜਾਂਦੀ ਹੈ ਜਿਸ ਦੇ ਨਾਲ ਝੋਨਾ ਜਿਹੜਾ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ ਬਜਾਈ ਲਈ ਜਿਹੜੀ ਆਪਾਂ ਖੇਤ ਦੀ ਤਿਆਰੀ ਕਰਨੀ ਆ ਉਸ ਦੇ ਵਿੱਚ ਆਪਾਂ ਜਿਹੜੀ ਕਿਸਾਨ ਵੀਰੋ ਲੇਜ਼ਰ ਕਰਾਹੀ ਦੀ ਵਰਤੋਂ ਜ਼ਰੂਰ ਕਰਨੀ ਆ ਕਿਉਂਕਿ ਇਸ ਨਾਲ ਜਿਹੜਾ ਬੀਜ ਬਹੁਤ ਵਧੀਆ ਇਕਸਾਰ ਪੁੰਗਰਦਾ ਝੋਨੇ ਦੀ ਕਿਸਾਨ ਵੀਰੋ ਜਿਹੜੀ ਸਿੱਧੀ ਬਜਾਈ ਕਰਨੀ ਆ ਉਹ ਹਮੇਸ਼ਾ ਆਪਾਂ ਜਿਹੜੀ ਕੀ ਹੈ ਰੌਣੀ ਕਰਕੇ ਹੀ ਬਜਾਈ ਕਰਨੀ ਚਾਹੀਦੀ ਹੈ ਜੇ ਹੋ ਸਕੇ ਤਾਂ ਜਿਹੜੀ ਰੌਣੀ ਹੈ ਉਹ ਦੋ ਵਾਰੀ ਕਰੋ ਵਾਣ ਵਾਕੇ ਦੁਆਰਾ ਪਾਣੀ ਲਾ ਕੇ ਕਰੋ ਕਿਉਂਕਿ ਇਸ ਨਾਲ ਜਿਹੜਾ ਨਦੀਨਾ ਦਾ ਖਾਤਮਾ ਕਾਫੀ ਹੱਦ ਤੱਕ ਹੋ ਜਾਂਦਾ ਹੈ। ਦੋ ਵਾਰ ਤਵੀਆਂ ਨਾਲ ਵਾਕੇ ਇੱਕ ਵਾਰ ਹਲਾਣਾ ਵਾਕੇ ਸੁਹਾਗਾ ਫੇਰਨ ਤੋਂ ਬਾਅਦ ਜਿਹੜਾ ਆਪਾਂ ਤਰਵਤਰ ਜਦੋਂ ਆਪਣਾ ਖੇਤ ਹੋਵੇ ਉਦੋਂ ਕੀ ਹੈ ਜਿਹੜੀ ਆਪਾਂ ਝੋਨੇ ਦੀ ਸਿੱਧੀ ਬਿਜਾਈ ਕਰਨੀ ਹੈ। ਬਿਜਾਈ ਤੋਂ ਪਹਿਲਾਂ ਕਿਸਾਨ ਵੀਰੋ ਜਿਹੜੀ ਬੀਜ ਦੀ ਸੋਧ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਬੀਜ ਦੀ ਸੋਧ ਲਈ ਆਪਾਂ ਬੈਵਿਸਟਨ ਜਿਹਦੇ ਵਿੱਚ ਕਾਰਬੈਂਡਿਜ਼ਮ ਨਾਮ ਦਾ ਸਾਲਟ ਹੁੰਦਾ ਹੈ ਇਹ ਦਵਾਈ ਵਰਤ ਸਕਦੇ ਹਾਂ। ਇਸ ਦੀ ਜਿਹੜੀ ਆਪਾਂ ਡੋਜ਼ ਹੈ ਉਹ 3 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਜਿਹੜੀ ਆਪਾਂ ਖੋਦ ਕਰਨੀ ਹੈ ਚਾਈ ਦਾ ਜਿਹੜਾ ਢੁਕਮਾ ਸਮਾਂ ਉਹ ਜੂਨ ਦਾ ਪਹਿਲਾ 15ਵਾਂ ਭਾਵ ਕਿ 1 ਤੋਂ ਲੈ ਕੇ ਜਿਹੜਾ 15 ਜੂਨ ਤੱਕ ਆਪਾਂ ਜਿਹੜੀ ਝੋਨੇ ਦੀ ਸਿੱਧੀ ਬਿਜਾਈ ਕਰ ਸਕਦੇ ਹਾਂ ਜੇਕਰ ਆਪਾਂ ਇਸ ਤੋਂ ਇਲਾਵਾ ਬਾਸਮਤੀ ਦੀ ਸਿੱਧੀ ਬਿਜਾਈ ਕਰਨੀ ਹੋਵੇ ਤਾਂ ਉਸ ਲਈ ਆਪਾਂ ਜਿਹੜਾ ਜੂਨ ਦਾ ਦੂਜਾ 15ਵਾਂ ਭਾਵ ਕਿ 15 ਜੂਨ ਤੋਂ ਲੈ ਕੇ 30 ਜੂਨ ਤੱਕ ਵੀ ਕਰ ਸਕਦੇ ਹਾਂ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਹਮੇਸ਼ਾ ਜਿਹੜੀਆਂ ਘੱਟ ਸਮਾਂ ਲੈਣ ਵਾਲੀਆਂ ਜਿਹੜੀਆਂ ਕਿਸਮਾਂ ਹੈ ਉਹੀ ਜਿਹੜੀ ਕਾਸ਼ਤ ਕਰੋ ਭਾਵੇਂ ਕਿ ਜਿਵੇਂ ਕਿ PR126 ਹੈ PR128 ਹੈ PR129 ਹੈ ਇਹ ਕਿਸਮਾਂ ਜਿਹੜੀਆਂ ਘੱਟ ਸਮਾਂ ਲੈ ਕੇ ਪੱਕਦੀਆਂ ਇਹਨਾਂ ਦੀ ਆਪਾਂ ਜਿਹੜੀ ਕਾਸ਼ਤ ਕਰ ਲਈ ਤਾਂ ਵਾ ਜਿਹੜੀ ਝੋਨੇ ਦੀ ਸਿੱਧੀ ਬਿਜਾਈ ਲਈ ਜਿਹੜੀ ਐਮ ਗੱਲ ਆਉਂਦੀ ਹੈ ਕਿ ਆਪਾਂ ਬੀਜ ਦੀ ਮਾਤਰਾ ਕਿੰਨੀ ਵਰਤਣੀ ਹੈ ਤਾਂ ਕਿਸਾਨ ਵੀਰੋ ਜਿਹੜੀ ਆਪਾਂ ਬੀਜ ਦੀ ਮਾਤਰਾ ਹੈ ਉਹ ਝੋਨੇ ਦੀ ਸਿੱਧੀ ਬਿਜਾਈ ਲਈ ਜਿਹੜੀ 8 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣੀ ਹੈ ਟਰੈਕਟਰ ਡਰੈਲ ਨਾਲ ਜਿਹੜੀ ਬਜਾਈ ਕਰਦੇ ਸਮੇਂ ਜਿਹੜੀ ਆਪਾਂ ਬੀਜ ਦੀ ਡੂੰਘਾਈ ਰੱਖਣੀ ਆ ਉਹ ਲਗਭਗ 1 ਤੋਂ 1/2 ਇੰਚ ਜਿਹੜੀ ਡੂੰਘਾਈ ਰੱਖਣੀ ਆ ਜਦੋਂ ਆਪਣਾ ਬਾਣ ਜਿਹੜਾ ਪੂਰਾ ਤਰਵਤਰ ਹੋਵੇ ਉਦੋਂ ਹੀ ਜਿਹੜੀ ਆਪਾਂ ਬਜਾਈ ਕਰਨੀ ਆ ਝੋਨੇ ਦੀ ਸਿੱਧੀ ਬਜਾਈ ਵੇਲੇ ਜਿਹੜੀ ਮੁੱਖ ਸਮੱਸਿਆ ਆਉਂਦੀ ਆ ਨਦੀਨਾਂ ਦੀ ਉਸ ਦੀ ਰੋਕਥਾਮ ਲਈ ਗੱਲ ਕਰੀਏ ਤਾਂ ਉਸ ਲਈ ਆਪਾਂ ਜਿਹੜੀ ਸਟੌਂਪ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜੀ ਆਪਾਂ ਵਰਤਣੀ ਆ ਜੇਕਰ ਆਪਾਂ ਨੂੰ ਸਟੌਂਪ ਐਕਸਟਰਾ ਮਿਲਦੀ ਹੈ ਉਹ ਆਪਾਂ 750 ml ਜਿਹੜੀ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਜਿਹੜਾ ਬਜਾਈ ਵਾਲੇ ਦੇਣੀ ਸ਼ਾਮ ਨੂੰ ਕੀ ਆਪਾਂ ਖੇਤ ਦੇ ਵਿੱਚ ਛੜਕਾ ਕਰ ਦੇਣਾ ਜਿਹੜੇ ਖੇਤਾਂ ਵਿੱਚ ਮੁਰਕ ਜਾਂ ਗੰਢੀ ਵਾਲੇ ਮੋਥੇ ਦੀ ਸਮੱਸਿਆ ਆਉਂਦੀ ਹੈ ਉਹ 100 ਗ੍ਰਾਮ ਯੂਪੀਐਲ ਦੀ ਜਿਹੜੀ ਸਾਥੀ ਦਵਾਈ ਆਉਂਦੀ ਹੈ ਉਹ ਵਿੱਚ ਘੋਲ ਕੇ ਛੜਕ ਸਕਦੇ ਆਂ ਉਹਦੇਰੇ ਜਾਣਕਾਰੀ ਲਈ ਤੁਸੀਂ ਸਾਡੇ ਫਾਰਮਰ ਐਂਡ ਕ੍ਰੌਪਸ ਦੇ ਫੇਸਬੁੱਕ ਪੇਜ ਤੇ ਵੀ ਜੁਆਇਨ ਕਰ ਸਕਦੇ ਹੋ ਧੰਨਵਾਦ ਦੋਸਤੋ